ਇਹ ਸਭ ਗੱਲ ਕਰਦੇ ਆਂ ਤੇਜ਼ ਤਰਾਰ ਲੀਡਰ ਨਵਜੋਤ ਸਿੰਘ ਸਿੱਧੂ ਦੀ ਮਜੀਠੀਆ ਸਾਹਿਬ ਬਾਹਰ ਆਏ ਤੇ ਕਹਿੰਦੇ ਵੀ ਉਹਦੀ ਤੇ ਉੱਥੇ ਸੇਵਾ ਬੜੀ ਹੋਣ ਢੀ ਆ ਤੇ ਅੱਜ ਖਬਰਾਂ ਆਈਆਂ ਵੀ ਉਹਨਾਂ ਦਾ 35 ਕਿਲੋ ਭਾਰ ਘਟ ਗਿਆ ਕਿਹੜੀ ਸੇਵਾ ਹੋਣ ਢੀ ਉਹਨਾਂ ਦੀ ਉੱਥੇ ਤੇ ਦੋ ਤਿੰਨ ਖਬਰਾਂ ਹੋਰ ਵੀ ਉਹਨਾਂ ਦੇ ਨਾਲ ਜੁੜੀਆਂ ਨੇ ਪ੍ਰਿਅੰਕਾ ਗਾਂਧੀ ਵਾਰਡਾ ਦੇ ਨਾਲ ਜੁੜੀ ਹੋਈ ਇੱਕ ਖਬਰ ਆਈ ਹੈ ਸਿੱਧੂ ਸਾਹਿਬ ਦੀ ਰਿਹਾਈ ਦੇ ਨਾਲ ਜੁੜੀ ਹੋਈ ਇੱਕ ਖਬਰ ਆਈ ਹੈ ਖੋਲਿਓ ਜ਼ਰਾ ਇਹਨਾਂ ਖਬਰਾਂ ਨੂੰ ਨਵਜੋਤ ਸਿੰਘ ਸਿੱਧੂ ਆਲ ਰੌਂਡਰ ਨੇ ਕ੍ਰਿਕਟ ਦੇ ਖੇਡ ਦੇ ਵਿੱਚ ਜਦੋਂ ਖੇਡਦੇ ਸਨ ਤਾਂ ਉਥੇ ਭਾਵੇਂ ਆਲਰਾਉਂਡਰ ਨਹੀਂ ਸੀ ਬੈਟਿੰਗ ਹੀ ਕਰਦੇ ਸੀ ਤੇ ਜਦੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਭਾਵੇਂ ਸਟ੍ਰੋਕलेस ਵੰਡਰ ਦਾ ਨਾਮ ਦੇ ਦਿੱਤਾ ਗਿਆ ਸੀ ਪਰ ਨਾਲ ਹੀ ਇੱਕ ਖਾਸ ਗੱਲ ਇਹ ਸੀ ਕਿ ਜਿੰਨਾ ਸਮਾਂ ਉਹ ਖੇਡੇ ਨੇ ਉਦੋਂ ਤੱਕ ਉਹ ਜੈਨੂਇਨ ਓਪਨਰ ਜਿਹੜੇ ਨੇ ਇੱਕੋ ਇੱਕ ਜੈਨੂਇਨ ਓਪਨਰ ਸੁਨੀਲ ਗਵਾਸਕਰ ਤੋਂ ਬਾਅਦ ਭਾਵੇਂ ਇਨਿੰਗ ਸ਼ੁਰੂ ਕਰਨ ਵਾਲੇ ਉਹੀ ਸਨ ਬਾਕੀਆਂ ਨੂੰ ਕਿਸੇ ਨਾ ਕਿਸੇ ਹੋਰ ਪੋਜੀਸ਼ਨ ਤੋਂ ਪ੍ਰਮੋਟ ਕਰਕੇ ਜਿਹੜਾ ਸੀ ਓਪਨਿੰਗ ਵਾਸਤੇ ਲਿਆਂਦਾ ਗਿਆ ਜਿਹਨੇ ਕੈਰੀਅਰ ਆਪਣਾ ਓਪਨਿੰਗ ਤੋਂ ਸ਼ੁਰੂ ਕੀਤਾ ਨਵਜੋਤ ਸਿੰਘ ਸਿੱਧੂ ਭਾਵੇਂ ਕੈਰੀਅਰ ਕਹ ਲੋ ਕਿ ਇੱਕ ਕਿਸਮ ਦਾ ਕੈਰੀਅਰ ਸ਼ੁਰੂ ਕੀਤਾ ਕਿ ਜੈਨੂਨ ਓਪਨਰ ਸਨ ਉਹ ਸਟੇਟ ਵਾਸਤੇ ਖੇਡਦੇ ਸਨ ਤੇ ਬਾਅਦ ਵਿੱਚ ਫੀਲਡਿੰਗ ਉਹਨਾਂ ਦੀ ਕੋਈ ਨਹੀਂ ਵਧੀਆ ਨਹੀਂ ਸੀ ਉਹਨਾਂ ਨੇ ਫੀਲਡਿੰਗ ਇੰਪਰੂਵ ਕੀਤੀ ਤੇ ਜੌਂਟੀ ਸਿੰਘ ਵਜੋਂ ਉਹ ਉਹਨਾਂ ਨੂੰ ਜਿਹੜਾ ਸੀ ਜੌਂਟੀ ਰੋਡਸ ਕਿਉਂਕਿ ਸਾਊਥ ਅਫਰੀਕਾ ਦੇ ਬਹੁਤ ਜ਼ਬਰਦਸਤ ਸਪੀਡਰ ਸਨ ਉਹਨਾਂ ਦੇ ਨਾਲ ਜੋੜ ਕੇ ਜੌਂਟੀ ਸਿੰਘ ਵਜੋਂ ਉਹਨਾਂ ਨੂੰ ਜਾਣਿਆ ਗਿਆ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਸ਼ੋਅ ਬੇਸ ਦੇ ਵਿੱਚ ਆ ਗਿਆ ਸ਼ੋਅ ਬੇਸ ਦੇ ਵਿੱਚ ਆ ਕੇ ਉਹਨਾਂ ਨੇ ਟੀਵੀ ਦੇ ਉੱਪਰ ਹੋਸਟ ਜਿਹੜੇ ਨੇ ਜਾਂ ਉਹਨਾਂ ਦੇ ਨਾਲ ਮਿਲ ਕੇ ਕਾਮੇਡੀ ਸ਼ੋਅ ਦੇ ਵਿੱਚ ਉਹਨਾਂ ਨੇ ਜੱਜ ਦੀ ਭੂਮਿਕਾ ਨਿਭਾਈ ਫਿਰ ਉਹ ਬੁਲੰਦੀ ਵੱਲ ਨੂੰ ਜਾਂਦੇ ਗਏ ਤੇ ਉਹਨਾਂ ਨੇ ਪੋਲਿਟਿਕਸ ਦੇ ਵਿੱਚ ਵੀ ਪੈਰ ਰੱਖ ਲਿਆ ਤੇ ਇੱਥੇ ਵੀ ਉਹਨਾਂ ਨੇ ਬੁਲੰਦੀਆਂ ਸ਼ੋਈਆਂ ਤੇ ਇੱਕੋ ਇੱਕ ਚੋਣ ਜਿਹੜੀ ਉਹਨਾਂ ਨੇ ਹਾਰੀ ਹੈ ਉਹ ਇਸ ਵਾਰੀ ਵਿਧਾਨ ਸਭਾ ਦੀ ਉਹਨਾਂ ਨੇ ਅੰਮ੍ਰਿਤਸਰ ਤੋਂ ਹਾਰੀ ਹੈ ਇਸ ਤੋਂ ਪਹਿਲਾਂ ਜਿੱਤਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਪਹਿਲਾਂ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਫਿਰ ਕਾਂਗਰਸ ਇਸ ਵੇਲੇ ਕਾਂਗਰਸ ਦੇ ਵਿੱਚ ਨੇ ਪਰ ਅੰਦਰ ਬੈਠੇ ਹੋਏ ਨੇ ਜਲਦੀ ਕਿ ਆਸਰਾਇਆਂ ਬਹੁਤ ਨੇ ਜਦੋਂ ਸੁਪਰੀਮ ਕੋਰਟ ਉਹਨਾਂ ਨੂੰ ਸਜ਼ਾ ਸੁਣਾਉਂਦੀ ਹੈ ਤੇ ਕੋਈ ਸਮਾਂ ਮੰਗਦੇ ਨੇ ਉਸ ਸਮੇਂ ਦੇ ਦੌਰਾਨ ਜਾਂ ਉਸੇ ਸਮੇਂ ਦੇ ਵਿੱਚ ਵਿੱਚ ਉਹ ਅੰਦਰ ਜਾਣ ਤੋਂ 1-2 ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੂੰ ਮਿਲ ਕੇ ਆਉਂਦੇ ਨੇ ਉਹ ਸਾਰੇ ਸਾਰੇ ਕਹਿੰਦੇ ਸੀ ਕਿ ਗਲਤ ਤਾਂ ਕੋਈ ਹੈ ਨਾ ਦੋਵਾਂ ਦੀ ਨੇੜਤਾ ਵੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਪਰ ਪਟਿਆਲੇ ਦੇ ਵਿੱਚ ਬੰਦ ਨੇ ਨਵਾਂ ਸਾਲ ਚੰਡ ਵਾਲਾ ਤੇ ਕੰਸੂ ਆਏ ਨੇ ਕਿ ਗਣਤੰਤਰ ਦਿਵਸ ਜੋ 26 ਜਨਵਰੀ ਵਾਲੇ ਦਿਨ ਹੁੰਦਾ ਹੈ ਉਸ ਦਨ ਉਹਨਾਂ ਦੀ ਰਿਹਾਈ ਜਾਂ ਉਸ ਦੇ ਲੱਗ ਛੱਕੇ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਚੰਗੇ ਆਚਰਣ ਕਰਕੇ ਉਹਨਾਂ ਨੂੰ ਛੇਤੀ ਛੁੱਟੀ ਮਿਲ ਸਕਦੀ ਹੈ ਜਿਸ ਵਿੱਚ ਉਹਨਾਂ ਨੇ ਕੁਝ ਕੰਮ ਕੀਤਾ ਹੋਇਆ ਕੋਈ ਹੋਰ ਚੰਗਾ ਵਿਹਾਰ ਹੈ ਤੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਸਪਾਰਸ਼ ਵੀ ਨਾਲ ਜਿਹੜੀ ਲੱਗ ਸਕਦੀ ਹੈ ਜੇਲ੍ਹ ਦੇ ਅਧਿਕਾਰੀਆਂ ਦੀ ਚਿੱਠੀ ਵੀ ਲੱਗ ਸਕਦੀ ਹੈ ਸਭ ਕੁਝ ਨਾਲ ਨਾਲ ਮਿਲ ਕੇ ਉਹਨਾਂ ਦੀ ਰਿਹਾਈ ਜਲਦੀ ਹੋ ਜਾਣ ਦੀ ਉਮੀਦ ਵੱਜੀ ਹੈ ਸਮੇਂ ਨਾਲ ਬਹੁਤ ਹੀ ਜ਼ਿਆਦਾ 1 ਸਾਲ ਦੀ ਵੈਸੇ ਸਜ਼ਾ ਹੈ कोरोना ਬਾਰੇ ਬਹੁਤ ਕੁਝ ਆਇਆ ਜਿਸ ਵਿੱਚ ਉਹਨਾਂ ਦੀ ਸਿਹਤ ਬਾਰੇ ਚਰਚਾਵਾਂ ਦੇਖੀਆਂ ਗਈਆਂ ਕਦੇ ਉਹਨਾਂ ਨੂੰ ਕੋਸ਼ ਕਦੀ ਕੋਈ ਸਮੱਸਿਆਵਾਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਸੀ ਤੇ ਚਿੰਤਾ ਜ਼ਾਹਰ ਕੀਤੀ ਗਈ ਬੜੀ ਨਰਾਜ਼ਗੀ ਜ਼ਾਹਰ ਕੀਤੀ ਗਈ ਕਿ ਖਾਮ ਖਾਸ ਨੂੰ ਤੱਕੇ ਨਾਲ ਅੰਦਰ ਦਿੱਤਾ ਗਿਆ ਚਲੋ ਵਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਕਹਿੰਦੇ ਸੀ ਕਿ ਕੰਧਾਂ ਹੀ ਸਿਰ ਮਾਰਦਾ ਫਿਰਦਾ ਤੇ ਕਦੇ ਕਹਿੰਦੇ ਨੇ ਕਿ ਸੇਵਾ ਬਹੁਤ ਹੁੰਦੀ ਹੈ ਸੇਵਾ ਹੁੰਦੀ ਤੇ ਜਾਂ ਉਸ ਦਾ ਕੋਈ ਖਾਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਉੱਥੇ ਸਖਤ ਕੈਦ ਦੇ ਵਿੱਚ ਰੱਖਿਆ ਗਿਆ ਇਹਨਾਂ ਗੱਲਾਂ ਦੇ ਵਿੱਚ ਵਿਰੋਧਾਪਾਸੀ ਗੱਲਾਂ ਸਾਹਮਣੇ ਆਈਆਂ ਹੁਣ ਜਿਹੜੀ ਗੱਲ ਸਾਹਮਣੇ ਆਈ ਕਿ 34 ਕਿਲੋ ਵਜ਼ਨ ਘਟ ਗਿਆ ਜਿੰਨਾ ਉਹਨਾਂ ਦਾ ਕਦ ਕਾਠ ਹੈ 6 ਫੁੱਟ 2 ਇੰਚ ਦੇ ਲਗਭਗ ਉਹਨਾਂ ਦੀ ਹਾਈਟ ਹੈ ਤੇ ਉਹਨਾਂ ਥੋੜੇ ਓਵਰ weight ਸੀ ਤੇ ਇਸ ਵੇਲੇ ਉਹ ਉਹਨਾਂ ਦਾ ਵਜ਼ਨ ਜਿਹੜਾ ਹੈ ਸਰੀਰ ਦੇ ਹਾਈਟ ਦੇ ਹਿਸਾਬ ਨਾਲ ਪ੍ਰੋਪੋਰਸ਼ਨਲ ਜਿਹੜਾ ਅਨੁਪਾਤ ਹੈ ਉਹ ਸਹੀ ਦੱਸਿਆ ਜਾਂਦਾ ਕਿ ਉਹ ਫਿੱਟ ਹੋ ਗਏ ਨੇ ਕੋਈ 34 ਕਿਲੋ ਉਹਨਾਂ ਦਾ ਘਟਿਆ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੇ ਲੱਗਣਗੇ ਬਾਹਰ ਆ ਕੇ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਇਹ ਵੀ ਗੱਲ ਸਾਨੂੰ ਪਤਾ ਹੈ ਕਿ ਉਹਨਾਂ ਨੂੰ ਕੁਝ ਪੇਸ਼ੀਆਂ ਵਾਸਤੇ ਲਿਆਉਣ ਦੀ ਗੱਲ ਚੱਲ ਰਹੀ ਸੀ ਜਿੱਥੇ ਸੁਰੱਖਿਆ ਦਾ ਹਵਾਲਾ ਦੇ ਕੇ ਜਾਂ ਤਾਂ ਸਿੱਧੂ ਬਾਹਰ ਆਉਣਾ ਨਹੀਂ ਸੀ ਚਾਹੁੰਦੇ ਜਾਂ ਪਬਲਿਕ ਲਾਈਫ ਦੇ ਵਿੱਚ ਉਹ ਉਹ ਇਸ ਤਰ੍ਹਾਂ ਉਹਨਾਂ ਨੂੰ ਉਹ ਵੇਖਣਾ ਪਸੰਦ ਨਹੀਂ ਸੀ ਕਰਦੇ ਆਪਣੇ ਆਪ ਨੂੰ ਸੋ ਅੰਦਰ ਹੀ ਰਹੇ ਨੇ ਉਹਨਾਂ ਨੇ ਹੁਣ ਤੇ ਜਨਵਰੀ ਵਿੱਚ ਜਦੋਂ ਬਾਹਰ ਆਉਣਗੇ ਫੇਰ ਵੀ ਉਹ ਇਸ ਤੋਂ ਪਹਿਲਾਂ ਵੀ ਹੁਣ ਤੇ ਚਲੋ ਕੈਦ ਵਿੱਚ ਨੇ ਉਸ ਤੋਂ ਪਹਿਲਾਂ ਵੀ ਕਈ-ਕਈ ਵਾਰੀ ਕਈ-ਕਈ ਮਹੀਨੇ ਅੰਦਰੋਂ ਨਿਕਲਦੇ ਨੇ ਤੇ ਉਹਨਾਂ ਨੂੰ ਕੋਈ ਲੱਭ ਨਹੀਂ ਸਕਦਾ ਇਸ ਤਰ੍ਹਾਂ ਹੋਈ ਹੈ ਪਰ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਪੋਲਿਟਿਕਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਤੇ ਕਿਸ ਲੈਵਲ ਤੇ ਲੋਕ ਉਹਨਾਂ ਨੂੰ ਐਕਸੈਪਟ ਕਰਨਗੇ ਤੇ ਕਿਸ ਤਰ੍ਹਾਂ ਉਹਨਾਂ ਦੀ ਭੰਡੀ ਕੀਤੀ ਜਾਵੇਗੀ ਤੇ ਉਹ ਕਿਸ ਲੈਵਲ ਨਾਲ ਅੱਗੇ ਵੰਗ ਬੋਲਣਗੇ ਕੀ ਉਹਨੇ ਜੋਸ਼ ਨਾਲ ਤਕਰੀਰਾਂ ਹੋਣਗੀਆਂ ਕਿਸ ਦੇ ਖਿਲਾਫ ਬੋਲਣਗੇ ਮੌਜੂਦਾ ਸਰਕਾਰ ਦੇ ਖਿਲਾਫ ਕਿੰਨਾ ਕੁ ਬੋਲਣਗੇ ਕੀ ਉਹ ਨੀਤੀਆਂ ਦੇ ਆਧਾਰਤ ਬੋਲਣਗੇ ਤੇ ਜਾਂ ਫਿਰ ਜਿਵੇਂ ਉਹਨਾਂ ਦਾ ਮਸ਼ਹੂਰ ਹੈ ਕਿ ਆਸਰਾਮ ਦੇ ਡੇਰੇ ਤੇ ਗਏ ਤਾਂ ਉਸ ਦਾ ਨਾਮ ਲੈ ਕੇ ਉਹ ਹੀ ਸ਼ੇਅਰ ਕਿਸੇ ਹੋਰ ਦੇਤੇ ਗਏ ਤੇ ਉਹ ਹੀ ਸ਼ੇਅਰ ਉਸ ਦਾ ਨਾਮ ਲੈ ਕੇ ਹਰ ਇੱਕ ਦੇ ਵਾਸਤੇ ਉਹ ਹੀ ਸ਼ੇਰ ਜਿਹੜੇ ਵਰਤਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਨੇੜਤਾ ਭਗਵੰਤ ਮਾਨ ਨਾਲ ਨਿੱਜੀ ਤੌਰ ਤੇ ਹੈ ਜੇ ਉਹ ਇੱਧਰ ਕਾਂਗਰਸ ਦੇ ਵਿੱਚ ਆ ਕੇ ਜਿਵੇਂ ਪ੍ਰਿਆੰਕਾ ਦੀ ਚਿੱਠੀ ਉਹਨਾਂ ਨੂੰ ਆਈ ਹੈ ਜੇਲ ਸੁਪਰਡੈਂਟ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਹਨਾਂ ਨੂੰ ਚਿੱਠੀ ਇੱਕ ਮਿਲੀ ਹੈ ਜਿਸ ਵਿੱਚ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਤੇ ਆਉਂਦੇ ਦਿਨਾਂ ਵਿੱਚ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰ ਗੱਲ ਇਹ ਹੈ ਕਿ ਵੱਡੀ ਜ਼ਿੰਮੇਵਾਰੀ ਕਿਹੜੀ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਤੇ ਪਹਿਲਾਂ ਹੀ 4-5 ਰਮਣੀਆ ਹੋਈਆਂ ਨੇ ਰਾਜਾ ਵਡਿੰਗ ਨੇ ਪ੍ਰਤਾਪ ਸਿੰਘ ਬਾਜਬਾਨ ਨੇ ਸੁਖਪਾਲ ਸਿੰਘ ਖਹਿਰਾ ਨੇ ਇਸ ਤਰ੍ਹਾਂ ਦੇ ਕਈ ਗਰੁੱਪ ਬਣੇ ਹੋਏ ਨੇ ਜੋ ਆਪੋ ਆਪਣੇ ਪਾਸੇ ਨੂੰ ਜੋਰ ਲਾ ਰਹੇ ਨੇ ਪੰਜਾਬ ਦੇ ਵਿੱਚ ਕਾਂਗਰਸ ਇਸ ਵੇਲੇ ਭਾਵੇਂ ਅਕਾਲੀ ਦਲ ਨਾਲੋਂ ਵੱਧ ਸੀਟਾਂ ਨੇ ਵਿਰੋਧੀ ਧਿਰ ਦਾ ਦਾਅਵਾ ਉਹਨਾਂ ਦੇ ਕੋਲ ਹੈ ਪਰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਉਹ ਸ਼ਕੰਜੇ ਵਿੱਚ ਫਸੇ ਹੋਏ ਨੇ ਚਾਰ ਮੰਤਰੀ ਉਹਨਾਂ ਦੇ ਵੱਡੇ ਪੱਧਰ ਤੇ ਸ਼ੱਕ ਦੇ ਘੇਰੇ ਵਿੱਚ ਨੇ ਤਿੰਨ ਮੰਤਰੀ ਜਿਹੜੇ ਉਹਨਾਂ ਦੇ ਉਹਨਾਂ ਤੇ ਕੇਸ ਪਏ ਹੋਏ ਨੇ ਤੇ ਚੌਥੇ ਤੇ ਜਿਹੜੀ ਆ ਵਿਜੀਲੈਂਸ ਤਿਆਰੀ ਕਰ ਰਹੀ ਹੈ ਹੋਰ ਵੀ ਇਸ ਤਰ੍ਹਾਂ ਦੇ ਕਈ ਲਿਸਟ ਵਿੱਚ ਆ ਰਹੇ ਨੇ ਪਰ ਨਵਜੋਤ ਸਿੰਘ ਸਿੱਧੂ ਨੂੰ ਕਿਹੜੀ ਜ਼ਿੰਮੇਵਾਰੀ ਪ੍ਰਿੰਕਾ ਗਾਂਧੀ ਦੇਖੇਗੀ ਦੇਵੇਗੀ ਇਸ ਗੱਲ ਬਾਰੇ ਕੋਈ ਕਲੀਅਰ ਨਹੀਂ ਹੈ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ ਜਿਸ ਵਿੱਚ ਕਈ ਕਿਸਮ ਦੇ ਇਲਜ਼ਾਮ ਬਾਜ਼ੀ ਤੇ ਜੜੀਆਂ ਗੱਲਾਂ ਬੱਤਾ ਚੱਲ ਰਹੀਆਂ ਨੇ ਪਰ ਕਾਂਗਰਸ ਕੋਈ ਬਹੁਤ ਜ਼ਿਆਦਾ ਸਟਰੋਂਗ ਫੂਟਿੰਗ ਤੇ ਪੰਜਾਬ ਵਿੱਚ ਜਾਂ ਰਾਸ਼ਟਰੀ ਪੱਧਰ ਤੇ ਨਜ਼ਰ ਨਹੀਂ ਆ ਰਹੀ ਨਵਜੋਤ ਸਿੰਘ ਸਿੱਧੂ ਇਸ ਵਿੱਚ ਕੀ ਜਾਨ ਫੂਕਣਗੇ ਇਹਦੇ ਬਾਰੇ ਮੇਰਾ ਮੰਨਣਾ ਇਹ ਆ ਕਿ ਅਜੇ ਉਹਨਾਂ ਨੂੰ ਸਮਾਂ ਲੱਗੇਗਾ ਮੁਖਤਰਾਤ ਵਿੱਚ ਆਉਣ ਲਈ ਆਉਂਦਿਆਂ ਹੀ ਕੋਈ ਧਮਾਕਾ ਕਰ ਦੇਣ ਉਹ ਇਹੋ ਜਿਹਾ ਕੁਝ ਨਹੀਂ ਹੋਣ ਵਾਲਾ ਇਸ ਤੋਂ ਪਹਿਲਾਂ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਸੀ 5 ਸਾਲ 4 4.5 ਸਾਲ ਨਵਜੋਤ ਸਿੰਘ ਸਿੱਧੂ ਲੜਦੇ ਭੜਦੇ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਬਣੇ ਨੇ ਕੈਪਟਨ ਅਬਰਿੰਦਰ ਸਿੰਘ ਨਾਲ ਖਹਿਵਾਜੀ ਵੀ ਹੋਈ ਆ ਉਹ ਗੱਦੀਆਂ ਵੀ ਲੱਥੇ ਨੇ ਸਾਰਾ ਜ਼ੋਰ ਨਵਜੋਤ ਸਿੰਘ ਸਿੱਧੂ ਦਾ ਹੀ ਲੱਗਾ ਸੀ ਪਰ ਇਸ ਤੋਂ ਬਾਅਦ ਉਹ ਕੁਝ ਕਰ ਨਹੀਂ ਸਕੇ ਤੇ ਪੰਜਾਬ ਵਿੱਚ ਕਾਂਗਰਸ ਦੀ ਹਾਰ ਦਾ ਠਿਕਰਾ ਭਾਂਡਾ ਜਿਹੜਾ ਹੈ ਵੱਡੇ ਪੱਧਰ ਤੇ ਨਵਜੋਤ ਸਿੰਘ ਸਿੱਧੂ ਦੇ ਸਿਰ ਵੀ ਪਨੈ ਜਾਂਦਾ ਹੈ ਕਿ ਕਾਂਗਰਸ ਵਿੱਚ ਇਹੋ ਜਿਹਾ ਕੰਮ ਕਰ ਦਿੱਤਾ ਇਸ ਵਿਅਕਤੀ ਨੇ ਜਿਸ ਨਾਲ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਖੈਰ ਮੈਨੂੰ ਅਜੇ ਤੱਕ ਨਵਜੋਤ ਸਿੰਘ ਸਿੱਧੂ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਕਾਂਗਰਸ ਦੇ ਵਿੱਚ ਪੰਜਾਬ 'ਚ ਸਿਰਫ ਰੋਲਾ ਪਾਉਣ ਤੋਂ ਬਿਨਾ ਹੋਰ ਕੋਈ ਨਜ਼ਰ ਨਹੀਂ ਆ ਰਹੀ।